ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬੀ ਦਾ ਜੋ ਗ੍ਰਾਮਰ ਪੋਰਸ਼ਨ ਹੈ ਉਸ ਦੇ ਮਲਟੀਪਲ ਚੁਆਇਸ ਕੁਐਸਚਨ ਜਿਹੜੇ ਐ ਉਹ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਨਾ ਇਹ ਇੰਪੋਰਟੈਂਟ ਕੁਐਸਚਨ ਹਨ ਜੋ ਕਿ ਪਿਛਲੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਰਿਪੀਟ ਹੋਏਦੇ ਆ ਪੰਜਾਬੀ ਗ੍ਰਾਮਰ ਦੇ ਤਾਂ ਅਸੀਂ ਅੱਜ ਡਿਸਕਸ ਕਰਾਂਗੇ ਸਭ ਤੋਂ ਪਹਿਲਾ ਕੁਐਸਚਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਹੈ ਕਿ ਸਾਰੇ ਵਿਦਿਆਰਥੀ ਅੱਜ ਕਿਤਾਬਾਂ ਪੜ ਰਹੇ ਹਨ ਵਾਕ ਵਿੱਚ ਕਰਮ ਵੋਧ ਨਾਮ ਦੱਸੋ ਸਾਰੇ ਵਿਦਿਆਰਥੀ ਅੱਜ ਕਿਤਾਬਾਂ ਪੜ ਰਹੇ ਹਨ ਆਪਸ਼ਨ ਹੈ ਵਿਦਿਆਰਥੀ ਸਾਰੇ ਕਿਤਾਬਾਂ ਤੇ ਪੜ ਤਾਂ ਇਸ ਦੇ ਵਿੱਚ ਜੋ ਕਰਮ ਬੋਧਕ ਨਾਮ ਹੈ ਉਹ ਹੈ ਜੀ ਪੜ ਨੈਕਸਟ ਕੁਐਸਚਨ ਜਿਸ ਦੇ ਵਿੱਚ ਉਹੀ ਲੋਕ ਸੁਖੀ ਵਸਦੇ ਹਨ ਜੋ ਸੰਤੋਖੀ ਜੀਵਨ ਬਤੀਤ ਕਰਦੇ ਹਨ ਵਾਕ ਵਿੱਚ ਸੰਬੰਧਵਾਚਕ ਪਰਨਾਵ ਕਿਹੜਾ ਹੈ ਲੋਕ ਹਨ ਹਨ ਜੋ ਕਰਦੇ ਦੇ ਦਾ ਰਾਈਟ ਆਨਸਰ ਹੈ ਜੀ ਜੋ ਉਹੀ ਲੋਕ ਸੁਖੀ ਵਸਦੇ ਹਨ ਜੋ ਸੰਤੋਖੀ ਜੀਵਨ ਬਤੀਤ ਕਰਦੇ ਹਨ ਨੈਕਸਟ ਕੁਐਸਚਨ ਜਿਸ ਦੇ ਵਿੱਚ ਹੈ ਕਿ ਗਿਆਨੀ ਸੰਤ ਜੀ ਮਸਕੀਨ ਬਹੁਤ ਹੀ ਸੱਜਣ ਆਦਮੀ ਸਨ ਵਾਕ ਵਿੱਚ ਵਿਦੇ ਵਿਸ਼ੇਸ਼ਣ ਦੱਸੋ ਤਾਂ ਇਸ ਦਾ ਜੋ ਵਿਸ਼ੇਸ਼ਣ ਆ ਜਾਏਗਾ ਸਾਡੇ ਕੋਲ ਆਪਸ਼ਨ ਸੀ ਆ ਜਾਏਗਾ ਜੀ ਸੱਜਣ ਨੈਕਸਟ ਕੁਐਸਚਨ ਹੈ ਕੋੜਾ ਤੇਜ਼ ਦੌੜਦਾ ਹੈ ਵਾਕ ਵਿੱਚ ਤੇਜ਼ ਕੀ ਹੈ ਵਿਸ਼ੇਸ਼ਣ ਹੈ ਕਿਰਿਆ ਹੈ ਕਿਰਿਆ ਵਿਸ਼ੇਸ਼ਣ ਹੈ ਜਾਂ ਜੋਜਕ ਹੈ ਇਸ ਦਾ ਰਾਈਟ ਆਨਸਰ ਹੈ ਜੀ ਵਿਸ਼ੇਸ਼ਣ ક્રિયા વિશેષਣ ਇਸ ザ ਰਾਈਟ ਆਨਸਰ ਆ ਗਿਆ ਹੈ ਕਿਰਿਆ ਵਿਸ਼ੇਸ਼ਣ ਨੈਕਸਟ ਕੁਐਸਚਨ ਹੈ ਈਨ ਮੰਨਣੀ ਮੁਹਾਵਰੇ ਦਾ ਅਰਥ ਕੀ ਹੈ ਆਸਰਾ ਬਨਣਾ ਵਿਰੋਧ ਮੰਨਣਾ ਸਹਾਇਤਾ ਦੇਣੀ ਜਾਂ ਹਾਰ ਮੰਨਣੀ ਇਸ ザ ਰਾਈਟ ਆਨਸਰ ਹੈ ਜੀ ਈਨ ਮੰਨਣੀ ਮੁਹਾਵਰੇ ਦਾ ਅਰਥ ਹੈ ਹਾਰ ਮੰਨਣੀ ਨੈਕਸਟ ਕੁਐਸਚਨ ਹੈ ਜਿਸ ਦੇ ਵਿੱਚ ਹੀਟ ਲਿਖੇ ਮੁਹਾਵਰੇ ਵਿੱਚ ਗਲਤ ਮੁਹਾਵਰਾ ਦੱਸੋ ਪਹਿਲਾ ਮੁਹਾਵਰਾ ਉੱਲੂ ਸਿੱਧਾ ਕਰਨਾ ਉਸ ਤੋਂ ਬਾਅਦ ਕੜੇ ਦੀ ਮੱਛੀ ਤੇ ਕੋੜਾ ਗਦਾ ਇੱਕ ਬਰਾਬਰ ਕਰਨਾ ਕੋ ਦਾ ਡੱਡ ਕੋ ਦਾ ਡੱਡੂ ਹੁੰਦਾ ਹੈ ਤੇ ਲਿਖਿਆ ਗਿਆ ਡੱਡ ਇਸਕਾ ਨੋਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਪਿਆਰ ਦਾ ਵਿਰੋਧੀ ਆਰਥਿਕ ਸ਼ਬਦ ਦੱਸੋ ਇਜ਼ ਦਾ ਰਾਈਟ ਆਨਸਰ ਹੈ ਜੀ ਨਫ਼ਰਤ ਨੈਕਸਟ ਕੁਐਸਚਨ ਹੈ ਮੋਹਨ ਦੁੱਧ ਪੀਂਦਾ ਹੈ ਇਸ ਵਾਕ ਦੇ ਵਿੱਚ ਪੀਂਦਾ ਕੀ ਹੈ ਕਾਰਕ ਕੇ ਵਿਸ਼ੇਸ਼ਣ ਹੈ ਕਿਰਿਆ ਜਾਂ ਪੜਨਾਵ ਹੈ ਥਿਸ ਇਜ਼ ਅ ਰਾਈਟ ਆਨਸਰ ਹੈ ਜੀ ਕਿਰਿਆ ਨੈਕਸਟ ਕੁਐਸ਼ਨ ਹੈ ਖਾਲੀ ਸਥਾਨ ਪਰੋਜਿਸ ਵਿੱਚ ਲੰਘ ਗਿਆ ਪੂਛ ਅੜ ਗਈ ਇਸ ਦਾ ਰਾਈਟ ਆਨਸਰ ਆ ਜਾਏਗਾ ਹਾਥੀ ਲੰਘ ਗਿਆ ਪੂਛ ਅੜ ਗਈ ਅਗਲਾ ਕੁਐਸ਼ਨ ਹੈ ਜਿਸ ਦੇ ਵਿੱਚ ਵਿਸਮਿਕ ਚਿੰਨ ਲੱਗਦਾ ਹੈ ਜਦੋਂ ਵਾਕ ਵਿੱਚ ਪ੍ਰਸ਼ਨ ਪੁੱਛਿਆ ਜਾਏ ਵਾਕ ਦੇ ਅੰਤ ਕਿਸੇ ਖੁਸ਼ੀ ਗਮੀ ਜਾਂ ਹੈਰਾਨੀ ਨਾਲ ਹੋਵੇ ਜਾਂ ਜਦੋਂ ਗੱਲ ਪੂਰੀ ਤਰਾ ਮੁੱਕ ਜਾਵੇ ਜਾਂ ਜਦੋਂ ਵਾਕ ਦੇ ਦੋ ਹਿੱਸੇ ਕਰਨੇ ਆਉਂਦੇ ਸ ਆ ਰਾਈਟ ਆਨਸਰ ਹੈ ਜੀ ਵਾਕ ਦੇ ਅੰਤ ਵਿੱਚ ਖੁਸ਼ੀ ਗਮੀ ਜਾਂ ਹੈਰਾਨੀ ਵਾਲਾ ਵਾਕ ਹੋਵੇ ਦੋ ਦੋ ਅਸੀਂ ਵਿਸਮਿਕ ਜਿਹੜੇ ਯੂਜ਼ ਕਰਦੇ ਆਂ ਨੈਕਸਟ ਕੁਐਸਚਨ ਹੈ ਸ਼ੁੱਧ ਸ਼ਬਦ ਜੋੜ ਦੱਸਣਾ ਜਿਸ ਦੇ ਵਿੱਚ ਲਿਖਿਆ ਓਖਾ ਓਖਾ ਚਾਰ ਆਪਸ਼ਨ ਦਿੱਤੇ ਜਿਸ ਸਭ ਤੋਂ ਜਿਹੜੀ ਰਾਈਟ ਆਪਸ਼ਨ ਹੈ ਉਹ ਹੈ ਜੀ ਫਸਟ ਓਖਾ ਨੈਕਸਟ ਕੁਐਸਚਨ ਹੈ ਠੀਕ ਵਾਕ ਦੱਸੋ ਜਿਸ ਵਿੱਚ ਖਾਂਦਾ ਹੈ ਉਹ ਰੋਟੀ ਰੋਟੀ ਉਹ ਖਾਂਦਾ ਹੈ ਉਹ ਖਾਂਦਾ ਹੈ ਰੋਟੀ ਉਹ ਰੋਟੀ ਖਾਂਦਾ ਹੈ ਇਸ ਦਾ ਰਾਈਟ ਆਨਸਰ ਆ ਜੀ ਠੀਕ ਵਾਕ ਆ ਗਿਆ ਉਹ ਰੋਟੀ ਖਾਂਦਾ ਹੈ ਨੈਕਸਟ ਕੁਐਸਚਨ ਹੈ ਜਿਸ ਦੇ ਵਿੱਚ ਵਿਦਿਆਰਥੀ ਡੈਸ਼ ਹੈ ਵਿਦਿਆਰਥੀ ਪੜਦਾ ਹੈ ਪੜਦੀ ਹੈ ਪੜਾਉਂਦੇ ਹਨ ਪੜਦੇ ਅੰਤ ਕੀ ਆਏਗਾ ਵਿਦਿਆਰਥੀ ਪੜਦਾ ਹੈ অপਸ਼ਨ 1st ਇਸ ਦਾ ਰਾਈਟ ਆਨਸਰ ਆ ਜਾਏਗਾ ਨੈਕਸਟ ਕੁਐਸਚਨ ਹੈ ਜਿਸ ਦੇ ਵਿੱਚ ਹੈ ਕਿ ਸੋਨਾ ਮੁੰਡਾ ਗਾਣਾ ਗਾਉਂਦਾ ਹੈ ਤੇ ਵਾਕ ਵਿੱਚ ਕਿਹੜਾ ਸ਼ਬਦ ਜਿਹੜਾ ਵਿਸ਼ੇਸ਼ਣ ਹੈ ਮੁੰਡਾ ਗੌਂਦਾ ਗਾਨਾ ਜਾਂ ਸੋਹਣਾ ਤੇ ਇਸ ਦਾ ਰਾਈਟ ਆਨਸਰ ਹੈ ਜੀ ਸੋਹਣਾ ਪੰਜਾਬੀ ਪਾਸ਼ਾ ਦੀ ਲਿਪੀ ਦਾ ਜਿਹੜਾ ਨਾਮ ਹੈ ਦੇਵਨਾਗਰੀ ਇਹ ਹਿੰਦੀ ਪਾਸ਼ਾ ਦੀ ਹੈ ਤੇ ਪੰਜਾਬੀ ਪਾਸ਼ਾ ਦੀ ਜਿਹੜੀ ਹੈ ਉਹ ਗੁਰਮੁਖੀ ਨੈਕਸਟ ਕੁਐਸਚਨ ਹੈ ਉਦਾਸ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸਨੇ ਉਦਾਸ ਖੁਸ਼ਹਾਲ ਉਤਸ਼ਾਚਾ ਤੇ ਉਪਰਾਮ ਇਸ ਦਾ ਰਾਈਟ ਆਨਸਰ ਆ ਜਾਏਗਾ ਆਪਸ਼ਨ ਬੀ ਨੈਕਸਟ ਕੁਐਸਚਨ ਹੈ ਪੰਜਾਬੀ ਦੇ ਨਾਸਕੀ ਅਨੁਨਾਸਕ ਵਿਅੰਜਨ ਕਿਹੜੇ ਹਨ ਇਹ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਹੈ ਮੂਲ ਸ਼ਬਦ ਦੇ ਪਿੱਛੇ ਲੱਗ ਕੇ ਉਸ ਦਾ ਅਰਥ ਬਣਨ ਦਾ ਹੈ ਮੂਲ ਸ਼ਬਦ ਦੇ ਪਿੱਛੇ ਲੱਗ ਕੇ O ਇਸ ਦਾ ਰਾਈਟ ਆਨਸਰ ਹੈ ਜੀ ਪਿੱਛੇ ਲੱਗ ਕੇ ਤੇ ਇਹਦਾ ਆ ਜਾਂਦਾ ਹੈ ਪਿਛੇਤਰ ਨੈਕਸਟ ਕੁਐਸਚਨ ਹੈ ਜੋ ਸ਼ਬਦ ਨਰ ਦੇ ਲਈ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਸਤਰੀ ਇਸਤਰੀ ਲਿੰਗ ਜਾਂ ਪੁਲਿੰਗ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਪੁਲਿੰਗ ਅਗਲਾ ਕੁਐਸਚਨ ਹੈ ਕਿਸੇ ਬਾਗ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕੰਮ ਕਰਨ ਵਾਲੇ ਨੂੰ ਕਿਹਾ ਜਾਂਦਾ ਕਰਤਾ ਹੀਰਾ ਫੇਰੀ ਨજર ਆਉਣੀ ਤੇ ਆਧਾਰ ਤੇ ਟੁਕਮਾ ਅਖਵਾਨ ਚੁਰੋ ਪੋਲ ਦੇ ਅੰਦਰ ਪੋਲ ਨਾਲੇ ਚੋਰ ਨਾਲੇ ਚਤਰ ਦਾਲ ਵਿੱਚ ਕੁਝ ਕਾਲਾ ਤੇ ਚੋਰਾਂ ਦੇ ਕੱਪੜੇ ਡਾਂਗਾ ਦੇ ਗਜ ਦਾ ਦਾਲ ਦੇ ਵਿੱਚ ਕੁਝ ਕਾਲਾ ਅਗਲਾ ਕੁਸ਼ਨ ਹੈ ਜਿਸ ਦੇ ਵਿੱਚ ਹੈ ਵੀ ਕਿਸੇ ਦੇ ਕਹੇ ਸ਼ਬਦਾਂ ਨੂੰ ਉਸੇ ਤਰ੍ਹਾਂ ਹੀ ਲਿਖਣਾ ਹੋਵੇ ਤਾਂ ਕਿਸ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਪੁੱਠੇ ਕੌਮੇ ਬ੍ਰੈਕਟ ਕੋਮਾ ਜਾਂ ਦੋ ਬਿੰਦੀਆਂ ਕਿਹੜੇ ਅਸੀਂ ਨੂੰ ਮਿਲਾਨੇ ਪੁੱਠੇ ਕੋਮੇ ਲਗਾਨੇ ਆ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਉਸ ਵਾਦੇ ਉਹ ਸ਼ਬਦ ਜਿਸ ਦਾ ਕੋਈ ਅਰਥ ਨਿਕਲਦਾ ਹੋਵੇ ਉਹਨੂੰ ਕੀ ਕਹਿੰਦੇ ਆ ਸਾਰਥਕ ਸ਼ਬਦ ਉਹਨੂੰ ਕੀ ਕਹਿੰਦੇ ਆ ਸਾਰਥਕ ਸ਼ਬਦ ਕਾਲ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਕਾਲ ਹੁੰਦੇ ਜੀ ਤਿੰਨ ਪ੍ਰਕਾਰ ਦੇ ਵਰਤਮਾਨ ਕਾਲ ਭੂਤਮਾਨ ਕਾਲ ਤੇ ਭਵਿਸ਼ਯ ਕਾਲ ਨੈਕਸਟ ਕੁਐਸਚਨ ਹੈ ਜਿਸ ਦੇ ਵਿੱਚ ਹੈ ਕਿ ਹੇਠ ਲਿਖੇ ਚਾਰ ਸ਼ਬਦਾਂ ਵਿੱਚ ਚਾਨਣ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਜਰਾ ਰਾਈਟ ਆਨਸਰ ਆ ਜਾਏਗਾ ਰੋਸ਼ਨੀ ਹੇਠ ਲਿਖੇ ਚਾਰ ਸ਼ਬਦਾਂ ਵਿੱਚ ਸੁਚੱਜਾ ਸ਼ਬਦ ਦਾ ਵਿਰੋਧੀ ਸ਼ਬਦ ਆਏਗਾ ਕੁਚੱਜਾ ਨੈਕਸਟ ਕੁਐਸਚਨ ਹੈ ਜਿੱਥੇ ਸਿੱਕੇ ਘੜੇ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦੀ ਟਕਸਾਲ ਹੀਟ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ ਜਵਾਨੀ ਜਮਾ ਖਰਚ ਕਰਨਾ ਝੂਠਿਆਂ ਦਾ ਗੁਰੂ ਝੋਲੀ ਚੱਕ ਛਾਈ ਮਾਈ ਤਾਂ অপਸ਼ਨ ਬੀ ਇਜ਼ ਅ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਹੀਟ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਇੱਕਾ ਗਿਆ ਨਿਆ ਕਹਿਰ ਜ਼ੁਲਮ ਤੇ ਜਬਰ ਤੇ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਨਿਆ ਜਿਹੜਾ ਅਲੱਗ ਸ਼ਬਦ ਹੈ ਉਸ ਬਾਅਦ ਹੈ ਹੀਟ ਲਿਖਿਆ ਵਾਕਾਂ ਵਿੱਚੋਂ ਗਲਤ ਵਾਕ ਦੱਸੋ ਇਹ ਕੁੱਤਾ ਨਹੀਂ ਭੌਂਕਦਾ ਊਂਟ ਅਤੇ گاਉਂਆ ਵਿਕ ਗਏ ਹਨ ਦਰਬਾਰ ਸਾਹਿਬ ਮਨੁੱਖ ਲਈ ਉਪਯੋਗੀ ਹੈ ਗੁਰਮੀਤ ਅਤੇ ਸੁਖਵਿੰਦਰ ਹੱਸ ਰਹੇ ਹਨ ਤੇ ਇਸ ਦਾ ਰਾਈਟ ਆਨਸਰ ਹੈ ਜੀ ਊਂਟ ਅਤੇ گاਉਂਆ ਵਿਕ ਗਏ ਇਹ ਗਲਤ ਬਾਗ ਹੈ ਉਂਗਲੀ ਕਰਨਾਂ ਦਾ ਭਾਵ ਹੈ ਜੀ ਦੋਸ਼ ਲਾਣਾ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਲਿਖਿਆਂ ਵਿੱਚੋਂ ਕਿਹੜਾ ਪੁਰਖਵਾਚੀ ਪਰਨਾਮ ਹੈ ਪੁਰਖਵਾਚੀ ਜਿਸ ਦੇ ਵਿੱਚ ਆ ਜਾਏਗਾ ਮੈਂ ਤੂੰ ਕੋਈ ਅਸੀਂ ਇਹਦਾ ਆ ਜਾਏਗਾ ਮੈਂ ਪੁਰਖਵਾਚਕ ਉਸ ਦੇ ਮੁੱਖ ਕਿਰਿਆ ਦੇ ਕਾਲ ਵੋਦਕ ਅੰਸ਼ ਨੂੰ ਕੀ ਕਹਿੰਦੇ ਹਨ ਮੁੱਖ ਕਿਰਿਆ ਦੇ ਕਾਲ ਬੋਧਕ ਅੰਸ਼ ਨੂੰ ਕੀ ਆਖਦੇ ਹਨ ਆਪਸ਼ਨ ਫਸਟ ਆਇਆ ਹੈ ਸਕਰਮਕ ਕਿਰਿਆ ਉਸ ਤੋਂ ਬਾਅਦ ਏਟ ਲਿਖਿਆ ਆ ਸ਼ਬਦ ਸਮੂਹ ਵਿੱਚ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ ਤੇ ਇਹ ਤੁਸੀਂ ਆਪਸ਼ਨ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਜਿੱਦਾ ਆ ਜਾਏਗਾ 84 ਦੁਪਹਿਰ ਤੇ ਚੋਕਿਰਦਾ ਏ ਸਹੀ ਹੈ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਇਕੱਠਵਾਚਕ ਨਾਮ ਦੱਸਣਾ ਹੈ ਕਿਹੜਾ ਹੈ ਜਿਸ ਨਾਲ ਆ ਗਿਆ ਲਸ਼ਕਰ ਇੱਜੜ ਲਹਿਰਾਂ ਤਾਰ ਇਕੱਠਵਾਚਕ ਇਕੱਠਵਾਚਕ ਸ਼ਬਦ ਨਹੀਂ ਹੈ ਲਸ਼ਕਰ ਇੱਜੜ ਤੇ ਡਾਰ ਤੇ ਇਹ ਲਹਿਰਾਂ ਜਿਹੜਾ ਇਕੱਠਵਾਚਕ ਸ਼ਬਦ ਨਹੀਂ ਹੈ ਨੈਕਸਟ ਕੁਐਸ਼ਨ ਹੈ ਜਿਸ ਵਿੱਚ ਹੱਲੇ ਤੱਕ ਹੀ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹਾਂ ਬਾਗ ਵਿੱਚ ਸਹਾਇਕ ਕਿਹੜਿਆ ਦੱਸੋ ਹੱਲੇ ਤੱਕ ਹੱਲੇ ਤੀਕ ਯਾਨੀ ਕਿ ਹੱਲੇ ਤੀਕ ਨੈਕਸਟ ਕੁਐਸ਼ਨ ਹੈ ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ ਉਕਲੀ ਵਿੱਚ ਸਿਰ ਦੇਣਾ ਉਕਲੀ ਵਿੱਚ ਸਿਰ ਦੇਣਾ ਨੈਕਸਟ ਕੁਐਸ਼ਨ ਹੈ ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਦੀ ਪਛਾਣ ਕਰੋ ਖੜੇ ਖੇਤ ਦੇ ਅੰਦਾ ਅੰਦਾਜ਼ਾ ਲਾਣਾ ਉਹਨੂੰ ਕਹਿੰਦੇ ਆ ਕਨਕਸ਼ ਕਨਕਸ਼ ਨੈਕਸਟ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਉਮੰਗ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਉਮੰਗ ਦਾ ਸਮਾਨਾਰਥਕ ਸ਼ਬਦ ਹੈ ਦੇ ザ ਰਾਈਟ ਆਨਸਰ ਆ ਜਾਏਗਾ ਜੀ ਲੱਜਾ ਨੈਕਸਟ ਕੁਐਸਚਨ ਹੈ ਵਿਸਾਖੀ ਦੇ ਮੇਲੇ ਦੇ ਵਿੱਚ ਕਿਸਾਨਾਂ ਨੇ ਖੇਤੀ ਸੰਦਾਂ ਨੂੰ ਬੜੇ ਚਾਅ ਨਾਲ ਖਰੀਦਿਆ ਇਸ ਵਿੱਚ ਵਾਕ ਵਿੱਚ ਖਾਸ ਨਾਮ ਕਿਹੜਾ ਹੈ ਵਿਸਾਖੀ ਉਹ ਕੰਮ ਜਿਹੜਾ ਮੁਕੰਨ ਵਿੱਚ ਨਾ ਆਵੇ ਉਸ ਤੋਂ ਭਾਪ ਕੀ ਹੈ ਗਿੱਲਾ ਪੀਨ ਹੇਠ ਲਿਖਿਆਂ ਵਿੱਚੋਂ ਕਿਹੜਾ ਅਨਿਸ਼ਚੇਵਾਚਕ ਪ੍ਰਨਾਮ ਨਹੀਂ ਹੈ ਇਹ ਦੂਰ ਇੱਕ ਨਦੀ ਵਗਦੀ ਹੈ ਵਾਗ ਵਿੱਚ ਮੁੱਖ ਕਿਹੜਿਆ ਕਿੜੀ ਹੈ ਵਗਦੀ ਤੇ ਹੇਠ ਲਿਖੇ ਸ਼ਬਦਾਂ ਦੇ ਸਮੂਹ ਵਿੱਚ ਕਿਹੜਾ ਸ਼ਬਦ ਜੋੜਾ ਜੋੜਾ ਪੱਖੋਂ ਸਹੀ ਹੈ ਤੇ ਇਹ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਔਰ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਰਾਤ ਹੇਠ ਲਿਖਿਆਂ ਵਿੱਚੋਂ ਕਿਸ ਸ਼੍ਰੇਣੀ ਨਾਲ ਸੰਬੰਧਿਤ ਸ਼ਬਦ ਹੈ ਰਾਤ ਇਹ ਆ ਗਿਆ ਇਸਤਰੀ ਲਿੰਗ ਪਲੱਸ ਇਕਵਚਨ ਉਸ ਤੋਂ ਬਾਅਦ ਨੰਬਰ ਨੈਕਸਟ ਹੈ ਜਿਸ ਦੇ ਵਿੱਚ ਹੇਠ ਲਿਖੇ ਸ਼ਬਦਾਂ ਸੂਚਿ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ ਇਸ ਦਾ ਰਾਈਟ ਆਨਸਰ ਹੈ ਇਨਸਾਨੀਅਤ دیਵਾਨਾ ਤੇ ਧੀਰਗ ਉਸ ਤੋਂ ਬਾਅਦ ਅਗਲਾ ਕੁਸ਼ਣ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਰਾਜ ਸ਼ਬਦ ਦਾ ਸਮਾਨਾਰਥਿਕ ਸ਼ਬਦ ਹੈ ਉਹਨੂੰ ਅਸੀਂ ਕਹਿੰਦੇ ਨੇ ਜੀ ਸੂਬਾ ਹੀਟ ਲਿਖਿਆਂ ਵਿੱਚੋਂ ਵਾਕਾਂ ਵਿੱਚ ਸ਼ੁੱਧ ਵਾਕ ਚੁਣੋ ਵਿਦਾਈ ਸਮੇਂ ਦੋਵੇਂ ਪੈਨਾ ਇੱਕ ਦੂਜੇ ਦੇ ਗਲ ਲੱਗ ਕੇ ਬਹੁਤ ਰੋਈਆਂ ਆਪਸ਼ਨ 1st ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੋ ਡੋਡੇ ਪਿੰਦਾ ਹੋਵੇ ਦੇ ਅਰਥ ਵਿੱਚ ਕਿਹੜਾ ਸ਼ਬਦ ਵਰਤੇ ਜਾਂਦਾ ਹੈ ਪੋਸਤੀ ਆਪਸ਼ਨ ਡੀ ਹੈ ਉਸ ਤੋਂ ਬਾਅਦ ਹੈ ਉੱਦਰ ਦੋ ਮੀ ਮਚਾਣਾ ਮਚਾਉਣਾ ਮੁਹਾਵਰੇ ਦਾ ਕੀ ਅਰਥ ਹੈ ਰੋਲਾ ਪਾਉਣਾ ਹੀਟ ਲਿਖੇ ਵਿਕਲਪਾਂ ਵਿੱਚ ਸ਼ੁੱਧ ਸ਼ਬਦ ਜੋੜੋ ਤੇ ਜਿਸ ਦੇ ਵਿੱਚ ਆਪਸ਼ਨ ਤੁਸੀਂ ਕਰੈਕਟ ਕਰਨੀ ਹੈ ਤੇ ਆਪਸ਼ਨ ਡੀ ਆ ਜਾਏਗਾ ਜੀ ਪਰਮਾਤਮਾ ਉਸ ਤੋਂ ਬਾਅਦ ਇਹ ਲਾਸਟ ਕੁਐਸਚਨ ਹੈ ਜਿਸ ਦੇ ਵਿੱਚ ਹੈ ਕਿ ਹੀਟ ਲਿਖੇ ਵਿਕਲਪਾਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ ਤੇ ਆ ਜਾਏਗਾ ਹੱਕ ਹਲਾਲ ਹੀਟ ਲਿਖੇ ਵਾਕਾਂ ਦੇ ਵਚਨ ਬਦਲ ਕੇ ਸਹੀ ਵਿਕਲਪ ਚੁਣੋ ਗੁਲਾਬ ਦੇ ਫੁੱਲ ਬਹੁਤ ਸੋਨੇ ਹਨ অপਸ਼ਨ ਗੁਲਾਬ ਦੇ ਫੁੱਲ ਬਹੁਤ ਸੋਨੇ ਹਨ ਗੁਲਾਬਾਂ ਦੇ ਫੁੱਲ ਬਹੁਤ ਸੋਨੇ ਹਨ ਇਹਨਾਂ ਵਾਕਾਂ ਦੇ ਵਿੱਚ ਵਚਨ ਬਦਲ ਕੇ ਸਹੀ ਵਿਕਲਪ ਚੁਣੋ ਤੇ ਗੁਲਾਬ ਦੇ ਫੁੱਲ ਬਹੁਤ ਸੋਨੇ ਹਨ ਗੁਲਾਬਾਂ ਦੇ ਫੁੱਲ ਬਹੁਤ ਸੋਨੇ ਹਨ ਗੁਲਾਬ ਦਾ ਫੁੱਲ ਬਹੁਤ ਸੋਹਣਾ ਹੈ ਗੁਲਾਬਾਂ ਦੇ ਫੁੱਲ ਬਹੁਤ ਸੋਹਣੇ ਹਨ ਤੇ ਇਹਦਾ ਆ ਜਾਏਗਾ ਸਾਡੇ ਕੋਲ ਗੁਲਾਬਾਂ ਦੇ ਫੁੱਲਾਂ ਬਹੁਤ ਸੋਹਣੇ ਹਨ ਤੇ অপਸ਼ਨ B ਹੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜਿਸ ਦੇ ਵਿੱਚ ਸਹੀ ਵਿਕਲਪ ਚੁਣ ਕੇ ਹੇਠ ਲਿਖੇ ਅਖਾਂਨ ਪੂਰਾ ਕਰੋ ਉਹ ਦਿਨ ਡੁੱਬਾ ਜਦੋਂ ਕੋੜੀ ਚੜਿਆ ਕੁੱਬਾ অপਸ਼ਨ D ਇਜ਼ ਦਾ ਰਾਈਟ ਆਨਸਰ ਹੈ ਤੋ ਇਹ ਅਸੀਂ ਪੰਜਾਬੀ ਤੇ ਲੇਟੈਸਟ ਜਿਹੜੇ ਇੰਪੋਰਟੈਂਟ ਕੁਐਸਚਨ ਹੈ ਉਹਨਾਂ ਨੂੰ ਡਿਸਕਸ ਕੀਤਾ ਹੈ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੈ ਹਿੰਦ